ਤੇ ਕਈ ਲੋਕ ਹੁਣ ਬੜੀਆਂ ਕਰ ਰਹੇ ਹੈਗੇ ਆ ਕਿ ਵੈਕਸੀਨ ਲਵਾ ਲਈ, ਕਈ ਹਲੇ ਕਹਿੰਦੇ ਕਿ ਬੂਸਟਰ ਵੀ ਲੱਗਣਾ ਹੈਗਾ, ਤੀਜੀ ਡੋਜ਼ ਵੀ ਲੱਗਣੀ ਹੈਗੀ ਆ। ਇੱਕ ਤਾਂ ਇਹ ਕਰੋਨਾ ਨੇ ਬੜੇ ਲੋਕ ਡਰਾਏ ਪਏ ਆ, ਇੰਡੀਆ ਦੀ ਗੱਲ ਕਰੀਏ ਤੇ ਡੇਂਗੂ ਨੇ ਬੁਰਾ ਹਾਲ ਕੀਤਾ ਪਿਆ ਆ, ਔਰ ਇੱਥੇ ਕਰੋਨਾ ਨੇ ਸਾਰੇ ਪਾਸੇ ਕੀਤਾ ਪਿਆ, ਤੇ ਹੁਣ ਸ਼ਾਇਦ ਕਹਿੰਦੇ ਬੂਸਟਰ ਵੀ ਜਿਹੜਾ ਲੱਗਣਾ ਸ਼ੁਰੂ ਹੋ ਜਾਣਾ। ਅਤੇ ਬ੍ਰੈਂਪਟਨ ਵਾਲਾ ਤਾਂ 70 ਸਾਲ ਵਾਲਿਆਂ ਨੂੰ ਕਹਿਤਾ, ਉਹਨਾਂ ਨੇ ਨਵੰਬਰ 6 ਤੋਂ ਮੇਰੇ ਖਿਆਲ ਲੱਗਣੇ ਸ਼ੁਰੂ ਹੋ ਜਾਣੇ ਆ। ਅਤੇ ਕਈ ਲੋਕ ਸ਼ਿਕਾਇਤ ਉਹਨਾਂ ਦੀ ਇਹ ਹੈਗੀ ਆ ਕਿ ਵੈਕਸੀਨ ਲਵਾਉਣ ਤੋਂ ਬਾਅਦ ਕਈ ਕਹਿੰਦੇ ਸਾਡੀ ਐਨਰਜੀ ਬੜੀ ਘੱਟ ਗਈ, ਕਈ ਕਹਿੰਦੇ ਸਾਡੀਆਂ ਲੱਤਾਂ 'ਚ ਦਰਦ ਰਹਿਣ ਲੱਗ ਪਈ ਆ। ਇਹ ਸੱਚੀ ਹੈ ਕੁਛ ਆ ਕਿ ਬਸ ਉਹੀ ਦਾ ਬਲਜਿੰਦਰ ਕੀ ਦੱਸਾਂ, ਮੈਂ ਤੁਹਾਨੂੰ ਪਤਾ ਝੂਠ ਨਹੀਂ ਬੋਲਦਾ, ਤੇ ਮੈਨੂੰ ਚਲੋ ਛੱਡੋ ਰਹਿਣ ਦਿਓ, ਆਪਾਂ ਕਾਹਦੇ ਕਿਸੇ ਨੂੰ ਇੰਨਾ ਡਰਾਉਣਾ। ਆਪਾਂ ਇਹ ਕਰ ਸਕਦੇ ਹਾਂ ਕਿ ਉਹਨਾਂ ਨੂੰ ਥੋੜ੍ਹੀਆਂ ਜਿਹੀ ਗਾਈਡੈਂਸ ਦੇ ਸਕਦੇ ਹਾਂ, ਆਪਾਂ ਹੁਣ ਡਰਾਉਂਦੇ ਨਹੀਂ ਟੀਵੀ 'ਤੇ ਬਹਿ ਕੇ, ਕੋਈ ਇਹੋ ਜਿਹੀ ਗੱਲ ਨਹੀਂ ਕਰਦੇ, ਲੇਕਿਨ ਥੋੜ੍ਹੀ ਜਿਹੀ ਗਾਈਡ ਕਰ ਦਿੰਦੇ। ਤੁਸੀਂ ਨੋਟ ਕੀਤਾ ਹੋਣਾ, ਮੈਂ ਆਪਣੀਆਂ ਵੀਡੀਓਜ਼ ਜਦੋਂ ਦੇਖਦਾ ਨਾ, ਸਾਲ ਪਹਿਲੇ ਦੀ ਵੀਡੀਓਜ਼ ਟੀਵੀ 'ਤੇ ਜਿਹੜੀਆਂ ਚੱਲੀਆਂ, ਅਤੇ ਮੈਂ ਆਪ ਕੱਢ ਕੇ ਦੇਖੀਆਂ ਉਹਨਾਂ ਆਪਣੀਆਂ, ਅਤੇ ਹੁਣ ਦੀਆਂ ਵੀਡੀਓਜ਼ ਮਹੀਨਾ ਕੁ ਪਹਿਲੇ ਦੀਆਂ ਜਾਂ 15 ਦਿਨ ਪਹਿਲੇ ਦੀਆਂ, ਮੈਨੂੰ ਆਪਣੇ ਆਪ 'ਚ ਫਰਕ ਫੀਲ ਹੁੰਦਾ ਕਿ ਮੇਰੀ ਐਨਰਜੀ ਲੋਅ ਹੈ। ਅੱਛਾ ਜੀ, ਮੈਨੂੰ ਫੀਲ ਹੁੰਦਾ ਬਕਾਇਦਾ ਟੀਵੀ 'ਤੇ ਬਹਿ ਕੇ ਮੈਨੂੰ ਨਜ਼ਰ ਆਉਂਦਾ, ਕਿਉਂਕਿ ਆਪਣੀ ਵੀਡੀਓ ਤੁਸੀਂ ਮੋਨੀਟਰ ਕਰ ਸਕਦੇ ਹੋ ਨਾ ਕਿ ਇੱਥੇ ਮੈਂ ਕਿਸ ਤਰ੍ਹਾਂ ਬੋਲ ਰਿਹਾ ਸੀ, ਇੱਥੇ ਮੈਂ ਕਿੰਨਾ ਕੁ ਢਿੱਲਾ ਢਿੱਲਾ ਬੋਲ ਰਿਹਾ। ਉਹ ਫੀਲ ਹੁੰਦਾ ਕਿ ਮੈਨੂੰ ਲੱਗਦਾ ਮੈਂ ਜ਼ਿਆਦਾ ਬੋਲਣ ਲੱਗ ਪਈ, ਕਿਸੇ ਤੇ ਕਿਸੇ ਨੂੰ ਮਾਂ ਬਾਦੀ ਸਾਈਡ ਵੈਸ ਕਿਸੇ ਨੂੰ ਮਾਫਕ ਜੀ। ਇਹਦੇ ਆਪਾਂ ਕੋਈ ਥੋੜ੍ਹੇ ਜਿਹੇ ਉਹ ਦੱਸ ਦਿੰਦੇ ਹਾਂ ਕਿ ਫਾਇਦਾ ਹੋ ਜਾਏ ਲੋਕਾਂ ਦਾ। ਨੰਬਰ 1 ਤੇ ਤੁਸੀਂ ਵਿਟਾਮਿਨ B1 ਖਾਓ, ਜਿਹਨੇ ਜਿਹਨੇ ਲਵਾਈ ਆ ਖਾ ਰਹੇ, ਪਹਿਲੇ ਖਾ ਰਹੀ ਹੈ, ਇੱਕ ਨੇ ਦੱਸਿਆ ਮੇਰੇ ਡਾਕਟਰ ਨੇ। ਅੱਛਾ, ਉਹਨੂੰ ਵੀ ਪਤਾ, ਦੇਖ ਮੇਰੇ ਡਾਕਟਰ ਨੇ ਦੱਸਿਆ, ਦੇਖੋ ਇਹ ਪਤਾ ਸਾਰਿਆਂ ਨੂੰ ਆ। ਹਾਂਜੀ ਮੈਂ ਖਾ ਰਹੀ ਹਾਂ, ਇਹਦਾ ਮਤਲਬ ਹੈ ਕਿ ਇਹ ਸਾਰੇ ਰਲੇ ਹੋਏ ਆ, ਮੇਰੇ ਡਾਕਟਰ ਨੇ ਮੈਨੂੰ ਦੱਸਿਆ ਹੈਗਾ ਮੈਂ ਖਾ ਰਹੀ ਹੈਗੀ। ਹਾਂਜੀ, ਨੰਬਰ 1 ਵਿਟਾਮਿਨ B1, ਵਿਟਾਮਿਨ B1 ਕੈਂਸਰ ਲਈ ਵੀ ਅੱਛਾ ਹੁੰਦਾ। ਮੈਂ ਕਾਫੀ ਲੰਬੇ ਸਮੇਂ ਤੋਂ ਖਾ ਰਹੀ ਹਾਂ। ਹਾਂਜੀ, ਜ਼ਿਆਦਾ ਵੀ ਨਹੀਂ ਖਾਈਦਾ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਡਰਾਇਆ ਨਾ ਕਰੇ ਡਾਕਟਰ ਸਾਹਿਬ। ਨੰਬਰ 2, ਤੁਸੀਂ ਜਿਨਕੋ ਬਾਇਲੋਬਾ, ਇਹਨੂੰ ਇੱਥੇ ਗਿਨਕੋ ਬਾਇਲੋਬਾ ਵੀ ਕਹਿੰਦੇ ਨੇ, GINKOBILOBA, ਇਹ ਹੋਮੋਪੈਥਿਕ ਦੀ ਦਵਾਈ। ਗਿਨਕੋ ਬਾਇਲੋਬਾ ਇੱਕ ਟ੍ਰੀ ਹੈ ਜਿਹਦੀ ਐਵਰੇਜ ਏਜ ਆਲਮੋਸਟ 4000 ਈਅਰਸ ਹੁੰਦੀ ਹੈ। 4000 ਈਅਰ ਇੱਕ ਦਰਖਤ ਦੀ ਉਮਰ ਆ, ਉਮਰ ਆ, ਔਰ ਇਹ ਡਾਇਨੋਸਾਰ ਏਜ ਦੀ ਵਾਹਦ ਓਨਲੀ ਸਪੀਸੀਜ਼ ਹੈ ਡਾਇਨੋਸਾਰ ਏਜ ਦੀ ਜਿਹੜੀ ਬਾਕੀ ਹੈ। ਕਿਤੇ ਲਾਇਆ ਹੋਵੇ ਨਾ, ਤੇ ਉਹ ਤੁਸੀਂ ਅਗਲੇ ਸਾਲ ਵੇਖੋਗੇ ਤੇ ਉਦੋਂ ਵੀ ਏਡਾ ਕੀ ਹੋਏਗਾ, 10 ਸਾਲਾਂ ਬਾਅਦ। ਇਹ ਦਰਖਤ ਬਹੁਤ ਜ਼ਿਆਦਾ ਅਵੇਲੇਬਲ ਆ ਚਾਈਨਾ 'ਚ, ਬ੍ਰਾਜ਼ੀਲ 'ਚ, ਹੋਰ ਵੀ ਬੜੇ ਕੰਟਰੀਜ਼ 'ਚ ਅਵੇਲੇਬਲ ਆ। ਉਹ ਦਰਖਤ ਦੀਆਂ ਗੋਲੀਆਂ ਮਿਲ ਜਾਂਦੀਆਂ। ਅੱਛਾ ਜੀ, ਉਹਦੇ ਪੱਤਿਆਂ ਨੂੰ, ਚਾਈਨੀਜ਼ ਤੁਹਾਨੂੰ ਪਤਾ ਉਹਦੇ ਪੱਤਿਆਂ ਦਾ ਸਾਗ ਖਾਂਦੇ, ਜਿਵੇਂ ਆਪਾਂ ਸਰ੍ਹੋਂ ਦਾ ਸਾਗ ਖਾਂਦੇ ਨਾ, ਉਹ ਜਿਨਕੋ ਬਾਇਲੋਬਾ ਦੇ ਪੱਤਿਆਂ ਦਾ ਸਾਗ ਬਣਾ ਕੇ ਖਾਂਦੇ। ਕਿਆ ਬਾਤ ਹੈ। ਔਰ ਤੁਸੀਂ ਉਹਨਾਂ ਦੀ ਕਦੇ ਦੇਖਿਆ ਯਾਦਾਸ਼ਤ? ਉਹਨਾਂ ਦੀ ਬਹੁਤ ਤੇਜ਼ ਹੁੰਦੀ ਹੈ, ਉਹਨਾਂ ਦੀ ਫਿਜ਼ੀਕ ਦੇਖੀ ਕਿੰਨੀ, ਉਹ ਉਹਨਾਂ ਦੀ ਉਮਰ ਹੁੰਦੀ ਹੈ, ਪਰ ਉਹਨਾਂ ਦਾ ਬ੍ਰੇਨ ਦੇਖਿਆ ਕਿੰਨਾ ਤੇਜ਼ ਆ। ਤੁਸੀਂ ਦੇਖਿਆ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਜੀਵ ਜੀਵ ਬਣਾਈਆਂ ਹੋਈਆਂ ਉਹਨਾਂ ਨੇ, ਉਹ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਵੀ ਚੀਜ਼ਾਂ ਬਣ ਸਕਦੀਆਂ। ਉਹ ਨਿੱਕੇ 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 ਦਾਣੇ ਜਿਹੇ ਕਿੰਨੇ ਤੇਜ਼। ਉਹ ਜਿਨਕੋ ਬਾਇਲੋਬਾ ਕਰਦਾ ਕੀ ਹੈ, ਇਹਦੇ ਪੱਤੇ ਅਗਰ ਤੁਹਾਨੂੰ ਕਿਤੋਂ ਲੱਭ ਜਾਣ, ਇਹ ਤਾਂ ਸਾਗ ਬਣਾ ਕੇ ਖਾ ਲੈਂਦੇ ਨੇ, ਸਾਨੂੰ ਪੱਤਿਆਂ ਦਾ ਕੋਈ ਚੂਰਾ ਹੀ ਲੱਭ ਜਾਏਗਾ, ਉਹਦਾ ਪਾਊਡਰ ਲੱਭ ਜਾਏਗਾ, ਗੋਲੀਆਂ ਕਿਤੋਂ ਮਿਲ ਜਾਂਦੀਆਂ, ਉਹਦੀਆਂ ਗੋਲੀਆਂ ਲੱਭ ਜਾਣਗੀਆਂ ਹੈਲਥ ਫੂਡ ਸਟੋਰਸ ਤੋਂ, ਸਾਰਿਆਂ ਮਿਲ ਜਾਂਦੀਆਂ। ਨਾ ਇੱਕ ਵਾਰੀ ਫੇਰ ਬੋਲ ਦਿਓ ਵਿਦ ਸਪੈਲਿੰਗ, GINKOBILOBA, ਜਿਨਕੋ ਬਾਇਲੋਬਾ। ਇਹਦੀ ਆਲਮੋਸਟ 75 mg ਜਾਂ 50 mg ਦੀ ਗੋਲੀ ਕਾਫੀ ਹੈ ਤੁਹਾਨੂੰ। ਅੱਛਾ, ਇਹਦਾ ਕਰਨਾ ਕੀ ਹੈ, ਇਹਦੇ ਅਗਰ ਪੱਤੇ ਲੱਭ ਜਾਣ ਤਾਂ ਇੰਨੀ ਕੁ ਚੁਟਕੀ ਕਿ ਇਹਦੇ ਪੱਤੇ ਖਾ ਲਓ, ਬਰੀਕ ਪੀਸੇ ਹੋਏ ਲੱਭ ਜਾਣਗੇ ਮੇਰੇ ਹੈਲਥ ਫੂਡ ਸਟੋਰ ਤੋਂ। ਆਈ ਐਮ ਨੋਟ ਸ਼ੋਰ ਕਿ ਹੁਣ ਉਹ ਅਸਲੀ ਹੋਣਗੇ ਜਾਂ ਨਹੀਂ, ਲੇਕਿਨ ਅਗਰ ਅਸਲੀ ਹੋਣਗੇ ਮਹਿੰਗੇ, ਔਰਗੈਨਿਕ ਸਟੋਰ ਤੋਂ ਮਿਲ ਸਕਦੇ। ਹਾਂਜੀ, ਮਿਲ ਸਕਦੇ ਆ, ਔਰ ਉਹ ਮਹਿੰਗੇ ਹੋਣਗੇ, ਉਹਦੀ ਔਰਗੈਨਿਕ ਸਟੋਰ ਵਾਲੇ ਦੀ ਸ਼ੋਰਿਟੀ ਨਾਲ ਲੈ ਲਓ ਤੁਸੀਂ। ਇਹ ਕਰਦਾ ਕੀ ਹੈ, ਇਹ ਦੁਨੀਆ ਦਾ ਬੈਸਟ ਬਲੱਡ ਥਿਨਰ, ਇੱਕ ਹੋਰ ਵੀ ਬੈਸਟ ਬਲੱਡ ਥਿਨਰ ਹੈ ਦਾਲਚੀਨੀ, ਸਿਨਾਮਨ। ਉਹ ਤਾਂ ਜ਼ਿਆਦਾ ਸੌਖਾ ਫਿਰ ਦਾਲਚੀਨੀ ਦਾ, ਉਹਦੇ ਕੁਛ ਸਾਈਡ ਇਫੈਕਟ, ਉਹ ਗਰਮ ਹੁੰਦੀ ਹੈ, ਇਹ ਗਰਮ ਨਹੀਂ ਹੁੰਦਾ, ਇਹ ਬੈਸਟ ਬਲੱਡ ਥਿਨਰ ਹੈ। ਤੁਹਾਨੂੰ ਪਤਾ ਬ੍ਰੇਨ ਦੀਆਂ ਜਿਹੜੀਆਂ ਆਖਰੀ ਨਾਲੀਆਂ ਜਾਂ ਇਹ ਵਾਲੀਆਂ ਆਖਰੀ ਨਾਲੀਆਂ ਜਿਹਨਾਂ ਨੂੰ ਅਸੀਂ ਕੈਪਿਲਰੀਜ਼ ਕਹਿੰਦੇ ਹਾਂ, ਜਿਹੜੀਆਂ ਆਖਰ 'ਤੇ ਜਾ ਕੇ ਬਰੀਕ ਹੋ ਜਾਂਦੀਆਂ, ਜਿਹਨਾਂ ਨੂੰ ਆਪਾਂ ਉਹ ਪਾਣੀ ਦੇ ਕੀ ਪਹਿਲੇ ਨਹਿਰਾਂ ਹੁੰਦੀਆਂ, ਦਰਿਆ ਹੁੰਦੇ, ਫਿਰ ਨਹਿਰਾਂ ਹੁੰਦੀਆਂ,
ਫਿਰ ਖਾਲੇ ਹੁੰਦੇ ਤੇ ਖਾਲਿਆਂ ਤੋਂ ਬਾਅਦ ਅੱਗੇ ਫਿਰ ਉਹ ਗਾਂ ਹੌਲੀ ਹੌਲੀ ਨਿੱਕੀਆਂ ਨਿੱਕੀਆਂ ਨਾਲੀਆਂ ਨਿਕਲਿਆ ਪੱਕੀਆਂ ਕਰ ਦਿੰਦੇ ਉਹਨਾਂ ਨੂੰ ਕਿ ਇੱਥੋਂ ਪਾਣੀ ਜ਼ਾਇਆ ਨਾ ਹੋਵੇ ਜੀ ਜੀ ਉਹ ਜਿਹੜੀ ਆਖਰੀ ਕੈਪਿਲਰੀਜ਼ ਹੁੰਦੀਆਂ ਨੇ ਨਾ ਉਹਨਾਂ 'ਚ ਸ਼ੂਗਰ ਜਿਹੜੀ ਆਪਣੀ ਹੁੰਦੀ ਗਲੂਕੋਜ਼ ਉਹਦਾ ਕ੍ਰੀਕ ਬਣਨਾ ਸ਼ੁਰੂ ਹੋ ਜਾਂਦਾ ਆਖਰੀ ਕੈਪਿਲਰੀਜ਼ 'ਚ ਇਹ ਜਗ੍ਹਾ ਸੁੰਨ ਹੋ ਜਾਂਦੀਆਂ ਕਈ ਵਾਰੀ ਉਂਗਲਾਂ ਅੱਛਾ ਜਿਹੜੇ ਪੈਰ ਠੰਡੇ ਰਹਿਣੇ ਹੱਥ ਕਈ ਲੋਕਾਂ ਦੇ ਉਹਦੇ ਚ ਤੁਹਾਡੀ ਜਿਹੜੀ ਸ਼ੂਗਰ ਹੈ ਨਾ ਜਿਸਮ ਦੇ ਅੰਦਰ ਸ਼ੂਗਰ ਇੱਕ ਸਾਲ ਦੋ ਸਾਲ ਦਸ ਸਾਲ ਵੀਹ ਸਾਲ ਤੀਹ ਸਾਲ ਚਾਲੀ ਸਾਲ ਚ ਉਹ ਉੱਥੇ ਜਾ ਕੇ ਉਹਦਾ ਉਹਦਾ ਜਿਹੜਾ ਗਲੂਕੋਜ਼ ਆ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਉਹਨੂੰ ਐਂਡ ਦੇ ਜਿਹੜੇ ਨਸਾਂ ਨੇ ਨਾ ਉਹਨਾਂ ਨੂੰ ਉਹ ਬਲੋਕ ਕਰ ਦਿੰਦਾ ਉਹ ਜਦੋਂ ਬੰਦ ਹੋ ਜਾਂਦੀਆਂ ਨੇ ਨਾ ਉਹ ਫੁੱਲ ਬਲੋਕ 'ਤੇ ਨਹੀਂ ਹੁੰਦੀਆਂ ਥੋੜ੍ਹਾ ਬਹੁਤ ਹੁੰਦਾ ਲੇਕਿਨ ਉਹ ਕ੍ਰੀਕ ਬਣ ਜਾਂਦਾ ਜਿਵੇਂ ਉਹ ਮੱਡ ਜਿਹੜੀ ਹੁੰਦਾ ਇਸ ਤਰ੍ਹਾਂ ਦੀ ਚੀਜ਼ ਅੱਗੇ ਬਣ ਜਾਂਦੀ ਕੈਪਿਲਰੀਜ਼ ਜੀ ਇਸੇ ਤਰ੍ਹਾਂ ਹੀ ਬ੍ਰੇਨ ਦੀਆਂ ਆਖਰੀ ਨਾਲੀਆਂ 'ਚ ਵੀ ਇਹ ਬਣ ਜਾਂਦੀ ਸਾਡੀ ਵੱਡੇ ਹੋ ਕੇ ਅਤੇ ਸਾਡੀ ਯਾਦਦਾਸ਼ਤ ਕਿਉਂ ਵੀਕ ਹੋ ਜਾਂਦੀ ਹੈ ਬਚਪਨ 'ਤੇ ਸਾਰੀ ਬੜੀ ਤੇਜ਼ ਹੁੰਦੀ ਹੈ ਉਦੋਂ ਉਹ ਖੁੱਲ੍ਹੀਆਂ ਹੁੰਦੀਆਂ ਨਾਲੀਆਂ ਜਦੋਂ ਅਸੀਂ ਵੱਡੇ ਹੁੰਦੇ ਹਾਂ ਅਤੇ ਉਹ ਹੌਲੀ ਹੌਲੀ ਸਾਡਾ ਗਲੂਕੋਜ਼ ਜਾ ਕੇ ਉਹ ਨਾਲੀਆਂ ਨੂੰ ਐਂਡ 'ਤੇ ਉਹ ਕ੍ਰੀਕ ਜਿਹਾ ਬਣਾ ਦਿੰਦਾ ਮੱਡ ਬਣਾ ਦਿੰਦਾ ਬਲੱਡ ਦੇ ਨਾਲ ਉਹ ਜਦੋਂ ਜਿਨਕੋ ਬਾਇਲੋਬਾ ਖਾਂਦੇ ਹਾਂ ਨਾ ਤਾਂ ਉਹਨਾਂ ਨੂੰ ਫਲੱਸ਼ ਆਊਟ ਕਰ ਦਿੰਦਾ ਉਹਨਾਂ ਨਾਲੀਆਂ ਨੂੰ ਜਿੱਥੇ ਵੀ ਹੈ ਕ੍ਰੀਕ ਬਣਿਆ ਹੋਇਆ ਇੱਥੇ ਹਾਰਟ ਦੇ ਇੱਥੇ ਪੈਰਾਂ ਦੀਆਂ ਨਸਾਂ 'ਚ ਜਿੱਥੇ ਜਿੱਥੇ ਬਰੀਕ ਨਸਾਂ ਨੇ ਤੁਹਾਡੀਆਂ ਉਹ ਉਹਨਾਂ ਨੂੰ ਫਲੱਸ਼ ਆਊਟ ਕਰ ਦਿੰਦਾ ਜਦੋਂ ਉਹਨਾਂ ਨੂੰ ਫਲੱਸ਼ ਆਊਟ ਕਰਦਾ ਨਾ ਤਾਂ ਤੁਹਾਡੀ ਯਾਦਦਾਸ਼ਤ ਫਿਰ ਬਚਪਨ ਵਾਲੀ ਹੋ ਜਾਂਦੀ ਤੁਹਾਨੂੰ ਉਹ ਗੱਲਾਂ ਵੀ ਯਾਦ ਆ ਜਾਂਦੀਆਂ ਜਿਹੜੀਆਂ ਬਚਪਨ 'ਚ ਗੁਜ਼ਰੀਆਂ ਹੁੰਦੀਆਂ ਇਹ ਜਿਨਕੋ ਬਾਇਲੋਬਾ ਐਡੀ ਕੰਮ ਦੀ ਚੀਜ਼ ਆ ਦੂਸਰਾ ਇਹਦਾ ਕੀ ਫਾਇਦਾ ਹਾਰਟ ਅਟੈਕ ਨਹੀਂ ਹੁੰਦਾ ਤੁਹਾਡੇ ਕੋਲ ਹੈ ਅਵੇਲੇਬਲ ਨਹੀਂ ਮੇਰੇ ਕੋਲ ਤੇ ਹੋਮਿਓਪੈਥਿਕ ਦੀ ਮੈਡੀਸਨ ਆ ਜਿਹੜੀ ਕੋਈ ਚਾਹੇ ਤਾਂ ਤੁਸੀਂ ਕਰ ਸਕਦੇ ਹੋ ਹਾਂ ਹਾਂ ਅਸੀਂ ਦਿੰਦੇ ਵੀ ਹਾਂ ਮੈਂ ਕਈਆਂ ਨੂੰ ਨਹੀਂ ਪਤਾ ਮੈਂ ਬਹੁਤ ਦਫਾ ਦੇ ਚੁੱਕਿਆ ਜਿਹੜੇ ਲੋਕ ਆਉਂਦੇ ਮੇਰੇ ਕੋਲ ਜਿਨ੍ਹਾਂ ਦੇ ਟ੍ਰਾਈਗਲੀਸਾਈਡ ਜ਼ਿਆਦਾ ਹੁੰਦੇ ਕਲੋਟਸ ਬਣੇ ਹੁੰਦੇ ਹਾਰਟ 'ਚ ਜਾਂ ਜਿਹੜੇ ਮੈਨੂੰ ਕਹਿੰਦੇ ਯਾਦਦਾਸ਼ਤ ਘੱਟ ਆ ਜਾਂ ਜਿਹੜੇ ਮੈਨਲੀ ਪਾਵਰਸ ਲਈ ਆਉਂਦੇ ਉਹਦੀ ਵੀ ਇਹੀ ਦਵਾਈ ਹੈ ਉਹਨਾਂ ਨੂੰ ਅਸੀਂ ਹੋਮਿਓਪੈਥਿਕ ਦੀ ਦਵਾਈ ਬਾਕੀਆਂ ਦਵਾਈਆਂ 'ਚ ਮਿਕਸ ਕਰਕੇ ਦਿੰਦੇ ਦੱਸਦੇ ਵੀ ਨਹੀਂ ਅਸੀਂ ਚੁੱਪ ਕਰਕੇ ਦੇ ਦਿੰਦੇ ਕਿਆ ਬਾਤ ਫਿਰ ਥਾਇਰਾਇਡ ਦੇ ਆਪਣੇ ਕਿੰਨੇ ਪੇਸ਼ੈਂਟ ਆਉਂਦੇ ਆ ਕਿੰਨੇ ਫੋਨ ਆਉਂਦੇ ਆ ਇਹ ਥਾਇਰਾਇਡ ਦੀ ਵੀ ਦਵਾਈ ਇਹ ਹਾਰਮੋਨਸ ਨੂੰ ਬੈਲੈਂਸ ਕਰਦੀ ਹੈ ਜਿਹਦੇ 'ਚ ਮੇਨ ਹਾਰਮੋਨ ਥਾਇਰਾਇਡ ਦਾ